हरजिंदर सिंह धामी जिहड़े चुने गए ने प्रधान हुण इन्हां दी थोड़ा जिहा पिछोकड़ दसो भी इह अकाली दल नाल इहदा किद्दां जुड़ना होया सी। जिस वेले भी किसी सिखां दे बच्चियां दे उत्ते जां सिख दे पंथ दे उत्ते कदी भी कोई लीगली गल्लबात होई आ ते उहदे विच उहनां दा साथ दिंदे रहे ने, बहुत अच्छे आदमी ने, लेकिन पार्टी बहुत माड़ी दे विच फसे होए ने। ਜੀ ਦੇ ਜਿਹੜੇ ਮੈਂਬਰ ਨੇ ਉਹ ਬਕਾਇਦਾ ਤੌਰ 'ਤੇ ਜਨਤਾ ਕੋਲ ਚੁਣੇ ਜਾਂਦੇ ਨੇ, ਉਸ ਸੰਵਿਧਾਨ ਦੀ ਪਾਲਣਾ ਕਰਦੇ ਨੇ, ਉਹਨਾਂ ਦਾ ਪ੍ਰਧਾਨ ਵੱਖਰਾ, ਉਹਨਾਂ ਦਾ ਵਿਧਾਨ ਵੱਖਰਾ। ਅਤੇ ਫਿਰ ਸੁਖਬੀਰ ਸਿੰਘ ਬਾਦਲ ਨੂੰ ਭਾਈ ਸਾਹਿਬ ਜੀ ਜਿਹੜੀਆਂ ਪਾਵਰਾਂ ਦੇਣ ਦੀ ਕੀ ਲੋੜ ਸੀ, ਇਹ ਪਾਵਰ ਜਗੀਰ ਕੌਰ ਨੂੰ ਦਿੱਤੀ ਗਈ ਜਿਹੜੀ ਪਹਿਲਾਂ ਪ੍ਰਧਾਨ ਸੀਗੀ। ਧਾਮੀ ਸਾਹਿਬ ਅਗਰ ਸਾਬਤ ਕਰ ਦੇਣ ਕਿ ਸੁਖਬੀਰ ਸਿੰਘ ਬਾਦਲ ਨੇ ਇਹਨਾਂ ਦੇ ਨਾਂ 'ਤੇ ਮੋਹਰ ਨਹੀਂ ਲਾਈ, ਜੋ ਇਹ ਮੈਨੂੰ ਸਜ਼ਾ ਦੇਣਗੇ ਮੈਂ ਇਹ ਲੈਣ ਨੂੰ ਤਿਆਰ ਹਾਂ, ਧਾਮੀ ਸਾਹਿਬ ਇਸ ਗੱਲ ਨੂੰ ਸਾਬਤ ਕਰਨ। 96 ਤੋਂ ਜੁੜੇ ਹੋਏ ਨੇ ਸ਼੍ਰੋਮਣੀ ਕਮੇਟੀ ਦੇ ਨਾਲ, ਆਪਣਾ ਧਾਮੀ ਸਾਹਿਬ ਵਕੀਲ ਹੈਗੇ ਨੇ ਪੇਸ਼ੇ ਤੋਂ, ਇਸ ਦੇ ਬਾਵਜੂਦ ਵੀ ਜਿਹੜਾ ਕੁਛ ਇੱਥੇ ਘਾਣ ਹੋ ਰਿਹਾ ਸੰਵਿਧਾਨ ਦੇ ਨਾਂ 'ਤੇ, ਉਹਦੇ ਖਿਲਾਫ਼ ਵੀ ਕਿਉਂ ਨਹੀਂ ਬੋਲ ਪਾਏ ਅੱਜ ਤੱਕ? ਸਰਦਾਰ ਸੁਖਬੀਰ ਸਿੰਘ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਜਾਂ ਹੋਰ ਵੀ ਜਿਹੜੇ ਪ੍ਰਧਾਨ ਰਹੇ ਨੇ, ਉਹ ਆਪਣੀ ਤਾਕਤ ਵਰਤ ਕੇ ਕਿਸੇ ਨੂੰ ਛੀਂਦਣ ਵੀ ਪ੍ਰਧਾਨ। ਸ਼੍ਰੋਮਣੀ ਅਕਾਲੀ ਦਲ ਇੱਕ ਵੱਖਰੀ ਸੰਸਥਾ ਹੈ ਔਰ SGPC ਇੱਕ ਵੱਖਰੀ ਸੰਸਥਾ ਹੈ, ਦੋਵਾਂ ਦੇ ਸੰਵਿਧਾਨ ਵੱਖਰੇ ਨੇ। ਕਿ ਸ਼੍ਰੋਮਣੀ ਅਕਾਲੀ ਦਲ ਦਾ ਜਿੱਥੇ ਨਾਸ਼ ਮਾਰ ਦਿੱਤਾ ਗਿਆ, ਸਾਰਾ ਸੰਵਿਧਾਨ ਦੀਆਂ ਜਿਹੜੀਆਂ ਧੱਜੀਆਂ ਉਡਾ ਦਿੱਤੀਆਂ ਗਈਆਂ ਨੇ, ਮੇਰੇ ਹਿਸਾਬ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖਾਂ ਦਾ ਨਾਸ਼ ਹੀ ਕੀਤਾ, ਸਿੱਖਾਂ ਨੂੰ ਕੋਈ ਫਾਇਦਾ ਨਹੀਂ ਦਿੱਤਾ। ਬੀਬੀ ਜਗੀਰ ਕੌਰ ਔਰ ਮੈਂ ਇਕੱਠੇ ਹੀ ਜਿਹੜੇ ਇੱਕ ਦਰਵਾਜ਼ੇ ਦੇ ਵਿੱਚ ਇਕੱਠੇ ਹੋ ਗਏ ਅਤੇ ਮੈਂ ਕਿਹਾ ਬੀਬੀ ਜੀ ਇਹ ਗੱਲ ਠੀਕ ਨਹੀਂ ਹੈ, ਅਤੇ ਉਹਨਾਂ ਦਾ ਅੱਗੋਂ ਜਵਾਬ ਸੀ ਕਿ ਰਿਆੜ ਸਾਹਿਬ ਇਹੀ ਤਾਂ ਰਾਜਨੀਤੀ ਹੈ ਆਪਣਿਆਂ ਦੇ ਵਿਰੋਧੀਆਂ ਨੂੰ ਦਬਾਉਣ ਦੀ। ਇੱਥੇ ਕੋਈ ਸਿੱਖੀ ਸਿਧਾਂਤ ਨਹੀਂ ਹੈ ਵੀ ਕਿਸੇ ਦੀ ਜਿਹੜੀ ਅਕਲ ਦੀ ਗੱਲ ਆ ਉਹ ਮੰਨ ਲਈ ਜਾਵੇ। ਕਿ ਹਰ ਸਾਲ ਪ੍ਰਧਾਨ ਦੀ ਚੋਣ ਤਾਂ ਹੋ ਜਾਂਦੀ ਹੈ, ਵੈਸੇ ਚੋਣਾਂ ਨਹੀਂ ਹੋ ਰਹੀਆਂ, ਕਹਿੰਦੇ 2012 ਤੋਂ ਪੈਂਡਿੰਗ ਪਿਆ ਕੰਮ। ਕਿ ਇਹ ਚੋਰ ਅਤੇ ਕੁੱਤੀ ਰਲੇ ਹੋਏ ਨੇ, ਇੰਨੀ ਕਰਪਸ਼ਨ ਹੈ, ਇੰਨਾ ਭਾਈ ਭਤੀਜਾਵਾਦ ਹੈ, ਮੈਂਬਰ ਜਿਹੜੇ ਨੇ ਉਹ ਦੁਰਵਰਤੋਂ ਕਰ ਰਹੇ ਨੇ। ਸਤਿ ਸ਼੍ਰੀ ਅਕਾਲ, ਸਕਰੋਲ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਬਲਜੀਤ ਮਰਵਾਹਾ ਵੱਲੋਂ ਸਵਾਗਤ ਹੈ। ਹਾਲ ਹੀ ਦੇ ਵਿੱਚ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਹੋਈ ਹੈ, ਹਰਜਿੰਦਰ ਸਿੰਘ ਧਾਮੀ ਨੂੰ ਪ੍ਰਧਾਨ ਲਾਇਆ ਗਿਆ। ਹਾਲਾਂਕਿ ਲੰਮੇ ਸਮੇਂ ਤੋਂ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚੱਲੇ ਆ ਰਹੇ ਸੀਗੇ, ਪਰ ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬੀਆਂ ਦੇ ਲਈ, ਕਾਫੀਆਂ ਲਈ ਇੱਕ ਨਵਾਂ ਨਾਮ ਵੀ ਹੈਗਾ, ਪਰ ਜਿਹੜੇ ਉਹਨਾਂ ਦੇ ਸਮਕਾਲੀਨ ਰਹੇ ਨੇ ਜਾਂ ਸ਼੍ਰੋਮਣੀ ਅਕਾਲੀ ਦਲ ਵਿੱਚ ਰਹੇ ਨੇ ਉਹ ਕਾਫੀ ਕੁਛ ਜਾਣਦੇ ਨੇ ਕਿ ਕਿੰਨਾ ਕੁ ਧਾਮੀ 'ਚ ਕੱਦ ਹੈਗਾ ਕਿ ਉਹ ਜੋ ਗੱਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਨਿਗਾਰਦੀਆਂ ਆ ਚੁੱਕੀਆਂ ਨੇ ਉਹਨਾਂ ਨੂੰ ਦੂਰ ਕਰ ਸਕਦੇ ਨੇ ਜਾਂ ਨਹੀਂ ਕਰ ਸਕਦੇ। ਅਜਿਹੇ ਕੁਛ ਸਵਾਲ ਜਵਾਬ ਅਸੀਂ ਕਰਨ ਜਾ ਰਹੇ ਹਾਂ ਚੰਡੀਗੜ੍ਹ ਤੋਂ ਸਾਬਕਾ SGPC ਮੈਂਬਰ ਗੁਰਪ੍ਰਤਾਪ ਸਿੰਘ ਰਿਆੜ ਨਾਲ। ਸੋ ਰਿਆੜ ਸਾਹਿਬ, ਵਾਹਿਗੁਰਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ। ਸੋ ਸਭ ਤੋਂ ਪਹਿਲਾ ਸਵਾਲ ਇਹੀ ਸਾਡੇ ਦਰਸ਼ਕਾਂ ਨੂੰ, ਹਰਜਿੰਦਰ ਸਿੰਘ ਧਾਮੀ ਜਿਹੜੇ ਇਹ ਚੁਣੇ ਗਏ ਨੇ ਪ੍ਰਧਾਨ ਹੁਣ, ਇਹਨਾਂ ਦੀ ਥੋੜ੍ਹਾ ਜਿਹਾ ਪਿਛੋਕੜ ਦੱਸੋ ਵੀ ਇਹ ਅਕਾਲੀ ਦਲ ਨਾਲ ਇਹਨਾਂ ਦਾ ਕਿੱਦਾਂ ਜੁੜਨਾ ਹੋਇਆ ਸੀ ਅਤੇ ਕਿੰਨਾ ਕੁ ਦਮ ਰੱਖਦੇ ਨੇ? ਸ਼੍ਰੋਮਣੀ ਅਕਾਲੀ ਦਲ ਨਾਲ ਬਹੁਤ ਦੇਰ ਤੋਂ ਜੁੜੇ ਹੋਏ ਨੇ ਔਰ ਇਹ ਸ਼੍ਰੋਮਣੀ ਅਕਾਲੀ ਦਲ ਨੇ ਸਿੱਖਾਂ ਦੀ ਵੀ ਜਿਹੜੀ ਹੈਗੀ ਹੈ ਨੁਮਾਇੰਦਗੀ ਕਰਦੇ ਰਹੇ ਨੇ, ਜਿਸ ਵੇਲੇ ਵੀ ਕਿਤੇ ਸਿੱਖਾਂ ਦੇ ਬੱਚਿਆਂ ਦੇ ਉੱਤੇ ਜਾਂ ਸਿੱਖ ਦੇ ਪੰਥ ਦੇ ਉੱਤੇ ਕਦੀ ਵੀ ਕੋਈ ਲੀਗਲੀ ਗੱਲਬਾਤ ਹੋਈ ਆ ਤਾਂ ਇਹ ਉਹਦੇ ਵਿੱਚ ਉਹਨਾਂ ਦਾ ਸਾਥ ਦਿੰਦੇ ਰਹੇ ਨੇ, ਬਹੁਤ ਅੱਛੇ ਆਦਮੀ ਨੇ, ਲੇਕਿਨ ਪਾਰਟੀ ਬਹੁਤ ਮਾੜੀ ਦੇ ਵਿੱਚ ਫਸੇ ਹੋਏ ਨੇ। ਇਹਨਾਂ ਨੇ ਕਿਹਾ ਹੈ ਕਿ ਮੈਂ ਲਿਫਾਫੇ 'ਚੋਂ ਨਹੀਂ ਨਿਕਲਿਆ। ਮੈਂ ਧਾਮੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਤੁਹਾਡੀ ਚੋਣ ਤੋਂ ਪਹਿਲਾਂ ਸਾਰੇ ਮੈਂਬਰਾਂ ਨੂੰ ਕਿਉਂ ਛੱਡਿਆ ਗਿਆ, ਉਹਨਾਂ ਦੀ ਰਾਏ ਲਈ ਕਿ ਨਹੀਂ ਲਈ ਗਈ, ਕਿਉਂਕਿ ਸਾਰੇ ਇਖਤਿਆਰਾਤ ਪ੍ਰਧਾਨ ਨੂੰ ਦੇ ਦਿੱਤੇ ਗਏ। ਜੇ ਉਹਨਾਂ ਦੀ ਰਾਏ ਦੀ ਗੱਲ ਸੀਗੀ ਉਹ ਤਾਂ ਜਨਰਲ ਹਾਊਸ ਦੇ ਵਿੱਚ ਰਾਏ ਉਹਨਾਂ ਨੇ ਆਪਣੀ ਦੇ ਹੀ ਦੇਣੀ ਸੀਗੀ, ਜਦੋਂ ਉਹਨਾਂ ਨੇ ਆਪਾਂ ਵੋਟਾਂ ਪਾਉਣੀਆਂ ਸੀ ਜਾਂ ਸਰਬਸੰਮਤੀ ਕਰਨੀ ਸੀਗੀ, ਲੇਕਿਨ ਸਾਰੇ ਹੱਕ ਜਿਹੜੇ ਆ ਪ੍ਰਧਾਨ ਜੀ ਨੂੰ ਦੇ ਦਿੱਤੇ ਗਏ ਔਰ ਉਸ ਪ੍ਰਧਾਨ ਨੂੰ ਦਿੱਤੇ ਗਏ ਜਿਹਦਾ SGPC ਦੇ ਨਾਲ ਕਿਸੇ ਕਿਸਮ ਦਾ ਕੋਈ ਵਾਸਤਾ ਹੀ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਇੱਕ ਵੱਖਰੀ ਸੰਸਥਾ ਹੈ ਔਰ SGPC ਇੱਕ ਵੱਖਰੀ ਸੰਸਥਾ ਹੈ, ਦੋਵਾਂ ਦੇ ਸੰਵਿਧਾਨ ਵੱਖਰੇ ਨੇ।
ਇਹ ਜਿਹੜਾ ਸੰਵਿਧਾਨ ਹੈ ਇਹ ਮਤਲਬ ਆਪਣਾ ਰਜਿਸਟਰ ਹੈਗਾ ਇਲੈਕਸ਼ਨ ਕਮਿਸ਼ਨ ਦੇ ਕੋਲ ਉਹਦਾ ਜਿਹੜਾ ਹੈਗਾ ਵਾ ਉਹ ਪੰਜਾਬ ਜਿਹੜਾ ਮਤਲਬ ਇਲੈਕਸ਼ਨ ਕਮਿਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹਦੇ ਕੋਲ ਰਜਿਸਟਰ ਹੈਗਾ ਹੈ ਔਰ ਇਹ ਜਿਹੜਾ ਜਿਹੜਾ ਇਹਨਾਂ ਦਾ ਸੰਵਿਧਾਨ ਹੈ ਉਹਦੇ ਅਨੁਸਾਰ ਜਿਹੜਾ ਹੈਗਾ ਜਿਹਨੂੰ ਮਰਜ਼ੀ ਇਹ ਨੋਮੀਨੇਟ ਕਰ ਸਕਦੇ ਜੋ ਮਰਜ਼ੀ ਕਰ ਸਕਦੇ ਨੇ ਕਿਸੇ ਦੀ ਚੋਣ ਦੀ ਲੋੜ ਨਹੀਂ ਕਿਸੇ ਦੇ ਮੈਂਬਰ ਬਣਾਉਣ ਦੀ ਲੋੜ ਨਹੀਂ ਸਰਦਾਰ ਸੁਖਬੀਰ ਸਿੰਘ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਜਾਂ ਹੋਰ ਵੀ ਜਿਹੜੇ ਪ੍ਰਧਾਨ ਰਹੇ ਨੇ ਉਹ ਆਪਣੀ ਤਾਕਤ ਵਰਤ ਕੇ ਕਿਸੇ ਨੂੰ ਛਿੰਝਣ ਵੀ ਪ੍ਰਧਾਨ ਤੁਸੀਂ ਅਗਰ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਅਸਲੀ ਸੰਵਿਧਾਨ ਹੈ ਉਹਦੇ ਵਿੱਚ ਸਿਰਫ ਦੋ ਵਾਈਸ ਪ੍ਰੈਜੀਡੈਂਟ ਨੇ ਇੱਕ ਪ੍ਰੈਜੀਡੈਂਟ ਹੈ ਇਹਨਾਂ ਨੂੰ ਪੁੱਛੋ ਅੱਜ ਆਪਣਾ ਸੁੱਚਾ ਸਿੰਘ ਛੋਟੇਪੁਰ ਨੂੰ ਲਿਆ ਉਹਨੂੰ ਸੀਨੀਅਰ ਵਾਈਸ ਪ੍ਰੈਜੀਡੈਂਟ ਬਣਾ ਦਿੱਤਾ ਕੱਲ੍ਹ ਉਹ ਅਜੇ ਆਇਆ ਨਹੀਂ ਅੱਜ ਉਹ ਸੀਨੀਅਰ ਵਾਈਸ ਪ੍ਰੈਜੀਡੈਂਟ ਔਰ ਨਾਲ ਦੀ ਨਾਲ ਜਿਹੜਾ ਹੈਗਾ ਉਹ ਕੈਂਡੀਡੇਟ ਵੀ ਹੈ ਬਟਾਲੇ ਤੋਂ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਜਿੱਥੇ ਨਾਸ ਮਾਰ ਦਿੱਤਾ ਗਿਆ ਸਾਰਾ ਸੰਵਿਧਾਨ ਦੀਆਂ ਜਿਹੜੀਆਂ ਧੱਜੀਆਂ ਉਡਾ ਦਿੱਤੀਆਂ ਗਈਆਂ ਨੇ ਉਸ ਪ੍ਰਧਾਨ ਨੂੰ ਜਿਹੜਾ ਉਸ ਪ੍ਰਧਾਨ ਜਿਹੜਾ ਜਿਹੜਾ ਦੂਜਾ ਜਿਹੜਾ ਹੈਗਾ ਐਸ ਜੀ ਪੀ ਸੀ ਦੇ ਜਿਹੜੇ ਮੈਂਬਰ ਨੇ ਉਹ ਬਕਾਇਦਾ ਤੌਰ 'ਤੇ ਜਨਤਾ ਕੋਲ ਚੁਣੇ ਜਾਂਦੇ ਨੇ ਉਸ ਸੰਵਿਧਾਨ ਦੀ ਪਾਲਣਾ ਕਰਦੇ ਨੇ ਉਹਨਾਂ ਦਾ ਪ੍ਰਧਾਨ ਵੱਖਰਾ ਉਹਨਾਂ ਦਾ ਵਿਧਾਨ ਵੱਖਰਾ ਅਤੇ ਫਿਰ ਸੁਖਬੀਰ ਸਿੰਘ ਬਾਦਲ ਨੂੰ ਭਾਈ ਸਾਹਿਬ ਜੀ ਜਿਹੜੀਆਂ ਪਾਵਰਾਂ ਦੇਣ ਦੀ ਕੀ ਲੋੜ ਸੀ ਇਹ ਪਾਵਰ ਜਗੀਰ ਕੌਰ ਨੂੰ ਦਿੱਤੀ ਗਈ ਜਿਹੜੀ ਪਹਿਲਾਂ ਪ੍ਰਧਾਨ ਸੀਗੀ ਇਸ ਕਰਕੇ ਦੱਸਾਂ ਨਾ ਜੀ ਜਿਹੜੀ ਇਹ ਗੱਲ ਹੈਗੀ ਲਿਫਾਫੇ 'ਚੋਂ ਨਿਕਲਣ ਵਾਲੀ ਧਾਮੀ ਸਾਹਿਬ ਅਗਰ ਸਾਬਤ ਕਰ ਦੇਣ ਕਿ ਸੁਖਬੀਰ ਸਿੰਘ ਬਾਦਲ ਨੇ ਇਹਨਾਂ ਦੇ ਨਾਂ 'ਤੇ ਮੋਹਰ ਨਹੀਂ ਲਾਈ ਜੋ ਇਹ ਮੈਨੂੰ ਸਜ਼ਾ ਦੇਣਗੇ ਮੈਂ ਇਹ ਲੈਣ ਨੂੰ ਤਿਆਰ ਹਾਂ ਧਾਮੀ ਸਾਹਿਬ ਇਸ ਗੱਲ ਨੂੰ ਸਾਬਤ ਕਰਨ ਬਾਕੀ ਜਿੱਥੇ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗੱਲ ਹੈਗੀ ਆ ਮੇਰੇ ਹਿਸਾਬ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖਾਂ ਦਾ ਨਾਸ ਹੀ ਕੀਤਾ ਸਿੱਖਾਂ ਨੂੰ ਕੋਈ ਫਾਇਦਾ ਨਹੀਂ ਦਿੱਤਾ ਕੀ ਸਮਝ ਸਕਦੇ ਹੋ ਤੁਸੀਂ ਜਿੱਦਾਂ ਇਹ 1996 ਤੋਂ ਜੁੜੇ ਹੋਏ ਨੇ ਸ਼੍ਰੋਮਣੀ ਕਮੇਟੀ ਦੇ ਨਾਲ ਆਪਣਾ ਧਾਮੀ ਸਾਹਿਬ ਵਕੀਲ ਹੈਗੇ ਨੇ ਪੇਸ਼ੇ ਤੋਂ ਇਸ ਦੇ ਬਾਵਜੂਦ ਵੀ ਜਿਹੜਾ ਕੁਛ ਇੱਥੇ ਘਾਣ ਹੋ ਰਿਹਾ ਸੰਵਿਧਾਨ ਦੇ ਨਾਂ 'ਤੇ ਉਹਦੇ ਖਿਲਾਫ਼ ਵੀ ਕਿਉਂ ਨਹੀਂ ਬੋਲ ਪਾਏ ਅੱਜ ਤੱਕ ਮੈਂ ਤਾਂ ਜੀ ਹਮੇਸ਼ਾ ਬੋਲਿਆ ਹਮੇਸ਼ਾ ਗੱਲ ਇਹ ਹੈ ਜੀ ਕਿ ਉੱਥੇ ਜਿਹੜਾ ਹੈਗਾ ਨਾ ਜੀ ਬਿਲਕੁਲ ਅਸੈਂਬਲੀ ਵਾਲਾ ਅਤੇ ਲੋਕ ਸਭਾ ਵਾਲਾ ਕੰਮ ਹੈ ਉੱਥੇ ਜਿਹੜੇ ਅਕਾਲੀ ਦਲ ਦੇ ਟਿਕਟ ਦੇ ਉੱਤੇ ਲੋਕ ਜਿੱਤੇ ਹੋਏ ਹੈਗੇ ਨੇ ਉਹਨਾਂ ਦੀ ਬਹੁ ਗਿਣਤੀ ਹੈ ਬਹੁ ਗਿਣਤੀ ਕਰਕੇ ਜਿਹੜੇ ਛੋਟੇ ਨੇ ਉਹਨਾਂ ਨੂੰ ਦਬਾ ਦਿੱਤਾ ਜਾਂਦਾ ਹੈ ਹੁਣ ਵੀ ਤੁਹਾਡੇ ਸਾਹਮਣੇ ਜਿਹੜਾ ਹੈਗਾ ਆਪਣਾ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਹਾਂਜੀ ਜਗਤਾਰ ਸਿੰਘ ਜੀ ਹੁਣਾਂ ਨੂੰ ਜਦੋਂ ਇੱਕ ਆਪਣਾ ਜਿਹੜਾ ਮੈਂਬਰ ਆਪੋਜੀਸ਼ਨ ਦਾ ਮੈਂਬਰ ਜਦੋਂ ਬੋਲ ਰਿਹਾ ਹੈ ਔਰ ਉਹਨੂੰ ਉਹ ਟੋਕ ਰਹੇ ਨੇ ਉਹਨਾਂ ਨੇ ਕਿਹਾ ਜੀ ਕਿ ਮੈਂ ਬੋਲ ਰਿਹਾ ਅਤੇ ਉਹਨਾਂ ਨੇ ਉਸੇ ਵੇਲੇ ਆਨੰਦ ਸਾਹਿਬ ਪੜ੍ਹਨਾ ਸ਼ੁਰੂ ਕਰ ਦਿੱਤਾ ਮੈਂ ਤੁਹਾਨੂੰ ਆਪਣੀ ਗੱਲ ਦੱਸਦਾ ਬੀਬੀ ਜਗੀਰ ਕੌਰ ਜੀ ਪ੍ਰਧਾਨ ਸੀਗੇ ਮੈਂ ਉੱਥੇ ਹਾਊਸ ਦੇ ਵਿੱਚ ਹੱਥ ਖੜਾ ਕੀਤਾ ਮੈਂ ਪੰਜਾਂ ਜਿਹੜੇ ਜਹਿਜ਼ਦਾਰ ਉੱਥੇ ਬੈਠੇ ਸੀਗੇ ਉਹਨਾਂ ਨੂੰ ਕਿਹਾ ਕਿ ਵੇਖੋ ਜੀ ਮੈਨੂੰ ਬੋਲਣ ਨਹੀਂ ਦੇ ਰਹੇ ਮੇਰੇ ਗੱਲ ਨਹੀਂ ਕਰਨ ਦੇ ਰਹੇ ਅਤੇ ਜਿਸ ਵੇਲੇ ਮਤਲਬ ਮੀਟਿੰਗ ਖਤਮ ਹੋਈ ਇਹੋ ਜਿਹਾ ਚਾਂਸ ਬਣਿਆ ਕਿ ਬੀਬੀ ਜਗੀਰ ਕੌਰ ਔਰ ਮੈਂ ਇਕੱਠੇ ਹੀ ਜਿਹੜੇ ਇੱਕ ਦਰਵਾਜ਼ੇ ਦੇ ਵਿੱਚ ਇਕੱਠੇ ਹੋ ਗਏ ਅਤੇ ਮੈਂ ਕਿਹਾ ਬੀਬੀ ਜੀ ਇਹ ਗੱਲ ਠੀਕ ਨਹੀਂ ਹੈ ਅਤੇ ਉਹਨਾਂ ਦੇ ਅੱਗੋਂ ਜਵਾਬ ਸੀ ਕਿ ਰਿਆੜ ਸਾਹਿਬ ਇਹੀ ਤਾਂ ਰਾਜਨੀਤੀ ਹੈ ਆਪਣਿਆਂ ਦੇ ਵਿਰੋਧੀਆਂ ਨੂੰ ਦਬਾਉਣ ਦੀ ਇੱਥੇ ਵਿਰੋਧੀਆਂ ਨੂੰ ਦਬਾਇਆ ਜਾਂਦਾ ਕਿਉਂਕਿ ਬਹੁਤ ਘੱਟ ਨੇ ਇੱਥੇ ਕੋਈ ਸਿੱਖੀ ਸਿਧਾਂਤ ਨਹੀਂ ਹੈ ਵੀ ਕਿਸੇ ਦੀ ਜਿਹੜੀ ਅਕਲ ਦੀ ਗੱਲ ਆ ਉਹ ਮੰਨ ਲਈ ਜਾਵੇ ਇਹੋ ਜਿਹੀ ਕੋਈ ਗੱਲ ਨਹੀਂ ਹੈ ਉੱਥੇ ਜੋ ਉੱਤੋਂ ਇਸ਼ਾਰਾ ਹੁੰਦਾ ਜੋ ਉੱਤੋਂ ਲਿਖ ਕੇ ਆਉਂਦਾ ਜੋ ਉੱਤੋਂ ਦੱਸਿਆ ਜਾਂਦਾ ਜੋ ਬੋਲਣ ਵਾਸਤੇ ਕਿਹਾ ਜਾਂਦਾ ਜੋ ਪਾਸ ਕਰਨ ਵਾਸਤੇ ਕਿਹਾ ਜਾਂਦਾ ਜਿਨ੍ਹਾਂ ਨੂੰ ਨੋਮੀਨੇਟ ਕਰਨ ਵਾਸਤੇ ਕਿਹਾ ਜਾਂਦਾ ਉਹਨਾਂ ਦੇ ਹੀ ਨਾਂ ਜਿਹੜੇ ਉੱਥੇ ਲਏ ਜਾਂਦੇ ਨੇ ਤੁਸੀਂ ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦੇਣ ਲੱਗਾ ਚੰਡੀਗੜ੍ਹ ਦੇ ਵਿੱਚ 1966 ਤੋਂ ਪਹਿਲਾਂ ਵੀ SCPC ਮੈਂਬਰ ਸੀ ਅਤੇ 1966 ਤੋਂ ਬਾਅਦ ਵੀ SCPC ਮੈਂਬਰ ਸਵਰਗਵਾਸੀ ਸਰਦਾਰ ਜੋਗਿੰਦਰ ਸਿੰਘ ਜੀ ਸਾਹਨੀ SCPC ਮੈਂਬਰ ਰਹੇ ਅਮਰਿੰਦਰ ਸਿੰਘ SCPC ਮੈਂਬਰ ਰਿਹਾ ਗੁਰਪ੍ਰਤਾਪ ਸਿੰਘ ਮੈਂ SCPC ਮੈਂਬਰ ਰਿਹਾ ਹਰਜਿੰਦਰ ਕੌਰ SCPC ਮੈਂਬਰ ਹੈ ਅੱਜ ਤੱਕ ਦੱਸ ਦੇਣ ਵੀ ਸਾਨੂੰ ਕਿਸੇ ਜਗ੍ਹਾ ਦੇ ਉੱਤੇ ਇਹਨਾਂ ਨੇ ਐਡਜਸਟ ਕੀਤਾ ਹੋਵੇ ਜਾਂ ਕੋਈ ਤਾਕਤ ਸਮਝ ਦਿੱਤੀ ਹੋਵੇ ਜਿਹਦੇ ਨਾਲ ਅਸੀਂ ਚੰਡੀਗੜ੍ਹ ਦੇ ਵਿੱਚ ਜਿਹੜੇ ਸਿੱਖਾਂ ਦੀ ਕੋਈ ਗੱਲ ਕਰ ਸਕੀਏ ਜੀ ਅੱਛਾ ਇੱਕ ਚੀਜ਼ ਹੋਰ ਸਵਾਲ ਖੜਾ ਹੋ ਰਿਹਾ ਕਿ ਹਰ ਸਾਲ ਪ੍ਰਧਾਨ ਦੀ ਚੋਣ ਤਾਂ ਹੋ ਜਾਂਦੀ ਹੈ ਵੈਸੇ ਚੋਣਾਂ ਨਹੀਂ ਹੋ ਰਹੀਆਂ ਕਹਿੰਦੇ 2012 ਤੋਂ ਪੈਂਡਿੰਗ ਪਿਆ ਕੰਮ ਨਹੀਂ ਜੀ ਉੱਥੇ ਜਿਹੜੀ ਚੋਣਾਂ ਇਹਨਾਂ ਨੇ ਕਰਾਉਣੀਆਂ ਨੇ ਜੀ ਕਿਉਂਕਿ ਇਹ ਚੋਰ ਅਤੇ ਕੁੱਤੀ ਰਲੇ ਹੋਏ ਨੇ ਇਹ ਚੋਣਾਂ ਵਾਸਤੇ ਜਿਹੜਾ ਇਹਨਾਂ ਜੀ ਇਹਦਾ SCPC ਦਾ ਪ੍ਰੋਸੀਜਰ ਆਮ ਸਿੱਖ ਨੂੰ ਪਤਾ ਨਹੀਂ ਹੈ ਕਿਉਂਕਿ ਜਿਹੜੀ ਇਹ ਚੋਣਾਂ ਨੇ ਇਹ ਕਰਾਉਣੀਆਂ ਨੇ ਸੈਂਟਰ ਗੌਰਮੈਂਟ ਨੇ ਸੈਂਟਰ ਗੌਰਮੈਂਟ ਨੇ ਸਾਰਾ ਖਰਚਾ ਕਰਨਾ ਔਰ ਸੈਂਟਰ ਗੌਰਮੈਂਟ ਦਾ ਖਰਚਾ ਕਰਨ ਤੋਂ ਬਾਅਦ ਜਦੋਂ ਸਾਰੇ ਮੈਂਬਰ ਚੁਣੇ ਜਾਂਦੇ ਨੇ ਸਿਰਫ DC ਸਾਹਿਬ ਆਉਂਦੇ ਨੇ ਸਾਰੇ ਮੈਂਬਰਾਂ ਨੂੰ ਕਸਮ ਖਵਾਉਂਦੇ ਨੇ
और प्रधान की चोण कराने तो बाद डीसी साहब जिहड़े ने अपने चले जाते हैं, उस तो बाद वाइस प्रधान की जनरल सैकटरी की बाकी जिहड़ियां चोणां ने वह सारियां प्रधान जी कराते हैं, उस तो बाद सेंटर गौरमेंट का किसी किस्म की कोई ऐसी पिछली दखलअंदाजी नहीं हो रहा। जो प्रधान अगे अहुदेदार सारे चुन दिंदा हो सारा संविधान तो उल्ट रहा। हाँ जी हो सारा संविधान तो उल्ट रहा, जो इन्होंने संविधान बनया होया एस जी पी सी का वह उल्ट हो रहा जी, उल्ट हो रहा। और हुण भी मैं कहना चाहुंदा इन्नी करप्शन है, इन्ना भाई भतीजावाद है। हाँ जी किसी मैंबर नूं ना किसी की शिकायत करन की जिहड़ी हैगी आ ताकत है, ना किसी नूं बदलाउण की ताकत है, ना किसी नूं रखाउण की ताकत है। और बहुत ज़्यादा रसाना जी जिहड़ा हैगा प्रधान के हाथ में पावरस ने, और वो जिहड़ा हैगा उपरों इशारे लैंदा है, उपरों सारे सारी जिहड़े डायरैक्शनस लैंदा है। मैं धामी साहब नूं पुछना चाहुंदा धामी साहब कि तुसीं जिहड़ा महाराज के सरूप जिहड़े 238 जिहड़े ने वो जिहड़े गुम होए ने जां चोरी होए ने जां वेच ले गए ने जां सुखबीर सिंह दे कहण ते देते गए ने, उन्हां बारे जिहड़ी इनकुआरी होई सी उहदी रिपोर्ट पब्लिक करोगे? नंबर दो, जिहड़े सरूप अग्न भेट होए सी और उस तो बाद जिहड़ी अग्नि नूं बुझाउण वास्ते जिहड़ियां पाणी दीआं बछाणां वज के खराब होए सीगे, उन्हां सरूपां दा तुसीं हिसाब दिओगे? उस तो बाद जिहड़ा श्रीमान जी जिहड़ा गोलियां चलदियां रहियां ने, जिहड़ा बाकी सारा कुछ गुरु ग्रंथ साहिब महाराज दे बेअबदी हुंदी रही है और 10 साल तुहाडी सरकार रही है, तुसीं उहदे विच कुछ नहीं कीता, एस ई पी सी ने कुछ नहीं कीता। जिहड़ी लाइब्रेरी सड़ गई सीगी उहदे विच जिहड़ियां जिन्नियां साडियां धार्मिक पुस्तकां सन उहनां दा कहिंदे ने जी कि लै गए ने जिहड़े फौज वाले, फौज वालिया ने साबित किया है कि असी वो सारा जिहड़ा इन्हों का खजाना से इन्हों वापस कर दिता है। तो बकायदा लिस्ट जब दी है और जनरलों के बयान है, उन्होंने ये दसना चाहिए कि वो जिहड़ियां जिहड़े एहोजे साडे मतलब डाकूमेंट्स सन उन्होंने कित्थे वेचिया, कादे लई वेचिया, जे डिस्ट्रॉय किया जे क्यों किया। हाँ जी जिहड़ा कलेम असी हरिमंदर साहब के उत्ते अकाल तख्त ते अटैक करने वास्ते सेंटर गौरमेंट के उत्ते किया है, उहदी पैरवाई कौन कर रहा, किहड़ा वकील है जिहड़ा उत्थे पैरवाई जाके कर रहा? इत्थे नहीं करप्शन वास्ते तुसीं की कर रहे जे, गोलकां वास्ते तुसीं की कर रहे जे, स्कूलों के विच तुसीं की कर रहे जे, कालजां विच तुसीं की कर रहे जे, किन्नी नुमाइंदगी जिहड़ी हैगी तुसीं लोकां दी लई होई है? ये सिर्फ एक बहाना है। तुसीं वेखो कि असैंबली दे विच मनप्रीत सिंह बादल जिहड़ा कि सरदार सुखबीर सिंह जे ताया जी का पुत्र है, उन्हें कहा बीबी जो बीबी सुरिंदर कौर जी का अंतम अरदास सी उस वेले भी लंगर जिहड़ा हैगा गुरु घर तो आया सी, इत्थों थले होर गिरावट की हो सकती है? मैंबर जिहड़े ने वो दुरवरतों कर रहे ने, इन्हां दे मैंबर जिहड़े उसे जो जाते हैं तो इन्हां नूं काजू मिलते ने, इन्हां नूं बदाम मिलते ने, इन्हां नूं जूस मिलता है, जिहड़ा कोई साडे वर्गा मैंबर जांदा उहनूं एक सड़ी हुई दाल भुज्जी हुई और एक बिस्कुट ते चाह दा प्याला जिहड़ा उह दे के तोर दित्ता जांदा है। इह मैं कल होर मतलब इन्होंने लंगर दे विच वी पक्षपात कीता होया? बिल्कुल पक्षपात नहीं जी, लंगर इन्हां लई स्पैशल बनता है, भावें प्रधान जी किसी गुरुद्वारे चल जाण, सैकटरी साहब किसी गुरुद्वारे चल जाण, संगत ते पंगत दे विच बह के कदी इन्हां लंगर नहीं छकना, इन्हां वास्ते स्पैशल लंगर बनेगा, स्पैशल सलाद बनेगा जिहदे विच सारा ही सेब आउणगे, अंगूर आउणगे, चीकू आउणगे। मतलब ये कह लो भी संगत तां लंगर कोल जांदी है, लंगर इन्हां कोल चल के आउंदा। हाँ जी हाँ जी, संगत ये तो जी उत्थे डिक्टेटर ने जी, हाँ तानाशाही आ पूरी, दादागिरी है। इन्हां नूं पुछो जी कि जिहड़ा हैगा जदों भी कितने स्टेजा लगदियां ने उहदा खर्चा कित्थों आउंदा? जदों इन्हां ने सौदा साध नूं माफ़ी दित्ती आ, मैनूं दस्सणगे धामी साहब उत्थे जिहड़ा 90 लाख रुपया इन्हां ने ऐड दे उत्ते दित्ता है, उहदा हिसाब लैणगे श्रोमणी गुरुद्वारा प्रबंधक कमेटी वाले अकाली दल दे कोलों? क्यों दित्ती है? की वह जिहड़ा गुरबचन सिंह है अज भी आ के भाई साहब जी जिस वेले सवेरे आसा जी की वार लगती है उदों आ के रागियां दे कोल क्यों बैठदा है? उहदा जवाब देणगे? जदों भी कोई गुरपुरब हुंदा है तुसीं अपने मुलाजमान नूं सरोपे पाउंदे जे
और जिहड़े लागे जिन्हां ने पैसे नाल तुसीं सरोपे खरीदे ने उन्हां नूं तुसीं भाई साहब जी जिहड़ा फिटे मूंह वी नहीं कहिंदे। हरपाल सिंह मडूंबर जदों प्रधान सी उन्हां ने बड़ा ठोक के कहा सी कि जिहड़ी सरोपा उह साहे प्रथा चल रही मैं इहनूं बंद करांगा, उह तां चलो नहीं होई, बाद बीबी जगीर कौर आ गए, उस तों बाद इक होर वी आ गए सी, की लगदा धामी कर पाउणगे? नहीं जी नहीं, कदे हो ही नहीं सकदा जी। दूसरी गल मैं कहनी चाहुंदा कि जिहड़ा उठवां लंगर है, जिहड़ा लंगर जिहड़ा हैगा उत्थे छकाउंदे ने, छकाउण जी सदके जिहड़ा लंगर बन के बाहर जांदा है इहनां दे कहण उत्ते उहनूं बंद कर सकणगे? जे नहीं कर सकणगे तां दसण ये जिहड़ियां त्रुटियां ने, ये जिहड़ियां आप उधरियां ने, ये सारा कुछ जिहड़ा हैगा ना धामी साहब तुहाडे कोल बंद नहीं होणा, क्योंकि तुसीं दसणा जी किसी दे रहमो करम उत्ते प्रधान बणे जी, क्योंकि ना तो तुसीं भाई साहब जी इंडिपेंडेंट चोण लड़ी है, ना तुहाडी इंडिपेंडेंट भाई साहब जी जिहड़ी हैगी आ अपॉइंटमेंट होई है। ये तो कहिंदे भी हरियां वेलां वाले जिहड़े हैगे ने बाबे संत उन्होंने श्रोमणी अकाली दल नाल जोड़िया सी इन्हां नूं। मैं कहना जी गल ये हैगी आ कि संत शब्द जिहड़ा ना जी, संत शब्द सिर्फ जिहड़ा साडे पंथ विच साडे गुरु नानक दी विचारधारा विच सिर्फ संगत ते गुरु दे नाल है, होर दुनिया दे विच कोई संत नहीं है। जिहड़ा अपने आप नूं संत कहाउंदा है उहदे जिहड़ा वड्डा पापी कोई नहीं है। ये जिहड़ी गल हैगी आ जिहड़ा भी तुहाडा रोल हैगा है, अगर तुसीं हरिया वेलां वाले दा रोल वेखणा है तो जदों हरिमंदर साहब ते अटैक होया सी उस वेले जिहड़ा फौज दे सामने जो इहने कीता सी उह तुहाडे सामने तुसीं जाके वेख सकदे जे। ये जिहड़ा हैगा ना जी ये, और फिर वेखो तुसीं सब तो पहला वो धुम्मे दे कोल गया, मतलब प्रधान बनन तो जिहड़ी पहली मीटिंग हैगी उह धुम्मे नाल कीती है। हाँ जी, और तुहानू पता कि धुम्मिया साहब ने जिहड़ा हैगा दमदमी टकसाल ते जबरदस्ती कब्जा कीता होया है हरनाम सिंह धुम्मा। हाँ, उदों ते जिहड़ा हैगा जी मोकम सिंह होणां नू जिहड़ा ना जी उह उत्थे दमदमी टकसाल दा मुखी बणाउणा। की लगदा की लगदा इह धामी नू की लोड़ पै गई उहनां कोल जाण दी, मजबूरी सी? मजबूरी नहीं जी, उह मतलब जिहड़ा हैगा उहनां दे कोलों वी ताकत हैगी आ, उह सुखबीर सिंह बादल होना वास्ते लोगों नूं अपील कर सकते हैं भी इन्हों वोटा दो, और सुखबीर सिंह बादल उन्होंने लागे ने। एक कदम जी सियासी मजबूरी होगी भी उन्होंने जाके उन्होंने कैम करो, उन्होंने सांठ गांठ करो, साढ़े नाल जो है जी तोरो, साढ़े नाल गल कराओ, साढ़े नाल जो है जी करो, क्योंकि चोणों का जोड़ा समा आ गया है। तो इस करके जोड़ा ये सारा है धामी साहब के कोल ना इन्नी ताकत है, ना उन्होंने लत्तां इन्ना भार चल सकदियां ने, ना श्रीमान जी जिहड़ा हैगा इन्ना विगड़िया होया जिहड़ा हैगा है माहौल उहनूं ठीक करन दी ताकत है, क्योंकि इत्थे हर शाख पे उल्लू बैठा है, रस्ताएं गुलसां क्या होगा। तो इस करके दस्सां ना जी धामी साहब नूं चाहीदा सीगा। मैं एक गल होर धामी साहब नूं पुछना चाहुंदा कि जिहड़ा अपना कैलेंडर 10 साल चलदा रहा है जिहदे विच बुरेवाल साहब ने सारे दिन फिक्स किए सी, हिसाब के नाल सरकारां छुट्टियां करन लग जांदियां लग गई सन कि उन्हूं दोबारा लागू कर सकणगे, कि ब्राह्मणवादी कैलेंडर जिहड़ा कुराली बनता है उन्हूं सिखां उत्ते थोपणगे। अच्छा, इत्थे रियाड़ साहब एक चीज़ मेरा सवाल आ रहा है मेरे मन दे विच कि श्री गुरु नानक देव जी महाराज का प्रकाश पुरब 14 अप्रैल का हुंदा है, नानक शाही के हिसाब नाल दिल्ली के गुरद्वारों च 3 दसंबर को मनाया गया, तो आप 19 नवंबर को की किया फिर सिखा ने? इस तरह हैगा जी कि ये सारा का सारा ब्राह्मणवाद है, ब्राह्मणवाद होने करके दसाना जी सानू जिहड़ा हैगा ना जी एसजीपीसी फिर चुप रही। एक कौम हैगी देखो तुसीं जिहड़े कोल अपना कैलेंडर नहीं हैगा, साडे कोल साडा धार्मिक ग्रंथ हैगा, साडे कोल साडा सेंटर हैगा, साडा हरिमंदर साहब हैगा, साडा भाई साहब जी निशान साडे कोल साहब हैगा, साडे कोल बोली हैगी आ, साडे कोल पहरावा हैगा, साडे कोल विचारधारा हैगी आ, साडे कोल गुरु हैगा, साडे कोल कुरबानी हैगी आ, लेकिन साडे कोल कैलेंडर नहीं हैगा। तुसीं वेखो तुसीं इन्ने जिहड़ा भी सिख का जमदा बच्चा ना जी 5-4 साल का उहनूं पुछ लो कि भाई साहब जी क्रिसमस किदण है, उह कहेगा 25 दसंबर नूं, लेकिन जे गुरु नानक देव जी का, गुरु गोबिंद सिंह जी का, गुरु तेग बहादुर महाराज जी शहीदी का जे तुसीं दिन पुछोगे तो उहनूं नहीं पता, उहनूं पता ही नहीं भी कदों आउणा है। कई बार असीं नगर कीर्तन लै के जा रहे हुंदे आ ते उह सिख बड़े जिहड़े मेरे वर्गे चिट्टी दाड़ी वाले पुछदे कहदा नगर कीर्तन है जी अज्ज। इस करके जदों तक असीं अपने आप नूं जिहड़ा हैगा ना जी ये सारे का सारा जिहड़ा RSS दे थल्ले चल रहे ने, RSS नाल इहनां दी यारी आ, थल्ले इहनां ने निकरां पाईआं ने, सौदे साध दे कोल जांदे ने, इहनां दा गुरू दे उत्ते 1% भी विश्वास नहीं। और इहदी ताज़ी एग्जाम्पल आ तुहाडे सामने दिल्ली का प्रधान जिहड़ा है उह भज गया है SCPC दिल्ली गुरद्वारा प्रबंधक कमेटी छड्ड मनजिंदर सिरसा
इन्हां ने सारा जोर ला के उन्हूं नोमीनेट भी किया, उसे प्रधान भी बनाया, लेकिन वो गोडे जड़े आ जी करप्शन करके भार नहीं चल सके, इस करके इन्हां कोलों भज गया। एक एग्जाम्पल हैगी आ कि जिस तरह दिल्ली गुरुद्वारा प्रबंधक कमेटी के करप्शन इस तरह ही चंड जी हैगी आ। तुम वेखो हिंदुओं के बहुत सारे मंदिर ने, साडे नो वध चढ़ावा है, साडे नो वध जिहड़ा हैगा उन्हां कोल सोना है, साडे नो वध मानता उन्हां दी, लेकिन उन्हां दी ते कोई भाई साहब जी इहो जी संस्था नहीं, ईसाइयां दी कोई इहो जी संस्था नहीं, मुसलमानां दी कोई इहो जी संस्था नहीं। ये तो अंग्रेज़ों ने साडे गल देहा पाया है, जो उन्होंने वेख्या ये डांगा नाल नहीं सूत आउंदे, ये तोपा नाल नहीं सूत आउंदे, ये भाई साहब जेलों च सूत नहीं आउंदे, इन्हां दी जायदादां कुरक कर लो ये सूत नहीं आउंदे, इन्हां नूं काले पानी भेज दिओ सूत नहीं आउंदे। तो उन्होंने साडे विच फुट पाउण दी खातर ये जिहड़ी SDPC है सानूं दित्ती है, और वो फुट तुहाडे सामने हैगी आ। जो भी मतलब हैगा जिहड़ा आम सिख है उन्होंने SDPC का किसी किस्म का कोई फायदा नहीं। मैं दावा करदा कि चंडीगढ़ के गुरद्वारा साहबान का जोड़ा प्रबंध है, इन्होंने SDPC के जोड़े गुरद्वारा साहबान के प्रबंध ने, उन्होंने 1000 टाइम बैटर है। धामी साहब न मेरा खुला चैलेंज है, वो अपनी तैयारी करके आ जा, अपना रिकॉर्ड लेके आ जा, मेरे कोई रिकॉर्ड नहीं है, लेकिन जड़िया मैं गल् कहगा उन्होंने जवाब जोड़ा है रिकॉर्ड अनुसार देना पवेगा। और जे उस डिबेट के मैं हार जावगा तो मैं समझागा कि मैं SDPC की बदनामी कर रहा, मैं सिख नहीं हो सकता, क्योंकि जी अपनी संस्था जी है वह बदनामी करा या अपना झग्गा चुक के लोगों के भाई साहब जी जो अपने आप को बदनाम करा। मेरा चैलेंज है जोड़ा मर्जी, ये नहीं इन्हों का कोई भी प्रधान जोड़ा पहला रहा है वो आके साडे नाल जो मर्जी हैगा TV के उत्ते बैठ के लोगों के सामने, लोग भी बैठन असी भी बैठांगे, आके बहस करके वेख लवे, और हर गल का जवाब जरा मैं देंगा, और मेरी हर गल का जवाब जोड़ा है वो धामी साहब नूं देना पवेगा। इन्हां शब्दां दे नाल मैं तुहाडा धन्नवाद। वाहिगुरू जी का खालसा, वाहिगुरू जी की फतह।